ਕੱਲ ਆਪਾਂ ਕੀ ਕਰ ਰਹੇ ਸੀ? ਅੱਛਾ ਟੌਰਕ ਬਾਰੇ, ਕਨਸੈਪਟ ਹੈ ਉਹ ਆਪਾਂ ਕਰ ਲਿਆ ਸੀ। ਹੁਣ ਇਸ ਟੌਰਕ ਦੇ ਕਨਸੈਪਟ ਦੇ ਨਾਲ ਪਹਿਲਾਂ ਇੱਕ ਜੋੜੋ ਕਪਲ, ਕਪਲ ਦਾ ਕਨਸੈਪਟ ਜੋੜੋ। ਤੋ ਫਿਜ਼ਿਕਸ ਦੇ ਵਿੱਚ ਬੇਟਾ ਕਪਲ ਕਿਹਨੂੰ ਕਹਿਣਾ ਆਪਾਂ, ਵੀ ਅਗਰ ਨਾ ਆ ਇੱਕ ਆਬਜੈਕਟ ਹੈ, ਬੋਡੀ ਹੈ, ਇਸ ਬੋਡੀ ਦੇ ਉੱਪਰ ਇੱਕ ਫੋਰਸ ਲੱਗ ਰਹੀ ਹੈ ਐਫ, ਔਰ ਆ ਪੁਆਇੰਟ ਕੀ ਹੈ, ਪੁਆਇੰਟ ਆਫ ਐਪਲੀਕੇਸ਼ਨ, ਔਰ ਪੁੱਤ ਆ ਕੀ ਹੈ, ਲਾਈਨ ਆਫ ਐਕਸ਼ਨ ਆਫ ਫੋਰਸ, ਠੀਕ ਹੈ। ਔਰ ਇਸ ਬੋਡੀ ਦੇ ਉੱਪਰ ਇੱਕ ਫੋਰਸ ਲੱਗ ਰਹੀ ਹੈ ਆ ਵਾਲੀ ਫੋਰਸ, ਔਰ ਆ ਵਾਲੀ ਫੋਰਸ ਦਾ ਮੈਗਨੀਟਿਊਡ ਕੀ ਹੈ, ਸੇਮ। ਐਕਚੁਲੀ ਮੈਂ ਐਰੋ ਉਤਾਰ ਦਿੰਦਾ, ਕਿਉਂਕਿ ਐਰੋ ਜਦੋਂ ਆ ਗਿਆ ਫਿਰ ਡਾਇਰੈਕਸ਼ਨ ਵੀ ਸੇਮ ਹੋਣੀ ਚਾਹੀਦੀ ਹੁੰਦੀ ਹੈ ਨਾ। ਤੋ ਆਹ ਜਿਹੜੀ ਫੋਰਸ ਹੈ ਇਸਦਾ ਮੈਗਨੀਟਿਊਡ ਕਿੰਨਾ, ਇਸਦਾ ਇਸਦੀ ਡਾਇਰੈਕਸ਼ਨ ਔਰ ਇਸਦੀ ਡਾਇਰੈਕਸ਼ਨ ਆਪੋਜ਼ਿਟ ਹੈ। ਪਰ ਨਾਲ ਆ ਵੀ ਗੱਲ ਦੇਖਣੀ, ਇਸ ਬੋਡੀ ਤੇ ਕੁੱਲ ਕਿੰਨੀਆਂ ਫੋਰਸਿਸ ਲੱਗ ਰਹੀਆਂ, ਦੋ। ਦੋਨਾਂ ਦਾ ਮੈਗਨੀਟਿਊਡ ਇਕੁਅਲ ਹੈ, ਡਾਇਰੈਕਸ਼ਨਸ ਆਪੋਜ਼ਿਟ ਹੈ, ਲਾਈਨਸ ਆਫ ਐਕਸ਼ਨ ਡਿਫਰੈਂਟ ਹੈ, ਅਲੱਗ ਹੈ। ਤੋ ਅਗਰ ਮੰਨ ਲਓ ਆਪਾਂ ਆਹ ਐਗਜ਼ਾਮਪਲ ਲੈ ਲੈਂਦੇ, ਇੱਕ ਫੋਰਸ ਲੱਗ ਰਹੀ ਹੈ ਐਫ ਵਨ, ਠੀਕ ਹੈ, ਇਹਦਾ ਲਾਈਨ ਆਫ ਐਕਸ਼ਨ ਹੈ। ਇੱਕ ਫੋਰਸ ਲੱਗ ਰਹੀ ਹੈ ਐਫ ਟੂ, ਆ ਲਾਈਨ ਆਫ ਐਕਸ਼ਨ। ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ, ਇੱਕ ਫੋਰਸ ਲੱਗ ਰਹੀ ਹੈ ਐਫ ਔਰ ਇੱਕ ਫੋਰਸ ਲੱਗ ਰਹੀ ਹੈ ਇੱਥੇ, ਕਿੰਨੀਆਂ ਫੋਰਸਿਸ ਹੈ ਇੱਥੇ, ਦੋ। ਇੱਥੇ ਦੋਨੋਂ ਫੋਰਸਿਸ ਦਾ ਮੈਗਨੀਟਿਊਡ, ਡਾਇਰੈਕਸ਼ਨ ਪਰ ਲਾਈਨਸ ਆਫ ਐਕਸ਼ਨ ਸੇਮ ਹੈ, ਇੱਥੇ ਲਾਈਨਸ ਆਫ ਐਕਸ਼ਨ ਡਿਫਰੈਂਟ ਹੈ, ਇੱਥੇ ਲਾਈਨਸ ਆਫ ਐਕਸ਼ਨ ਡਿਫਰੈਂਟ ਹੈ ਪਰ ਮੈਗਨੀਟਿਊਡ ਸੇਮ ਨਹੀਂ ਹੈ, ਹੈ ਨਾ। ਤੋ ਆ ਜਿਹੜਾ ਕੇਸ ਹੈ ਇਹਦੇ ਵਿੱਚ ਅਸੀਂ ਕਹਿਣਾ
ਕਿ ਜਿਹੜੀਆਂ ਬਾਡੀ ਤੇ ਦੋ ਫੋਰਸਸ ਲੱਗ ਰਹੀਆਂ ਇਕੁਅਲ ਬਟ ਆਪੋਜ਼ਿਟ ਹੈਵਿੰਗ ਡਿਫਰੈਂਟ ਲਾਈਨਸ ਆਫ ਐਕਸ਼ਨ, ਇਹ ਫੋਰਸਸ ਕਪਲ ਬਣਾ ਰਹੀ। ਔਰ ਕਪਲ ਦੀ ਕੀ ਖੂਬੀ ਹੈ, ਕਪਲ ਦੀ ਖੂਬੀ ਹੈ ਪੁੱਤ ਕਿ ਉਹ ਦੋਨੋਂ ਬਾਡੀਜ਼, ਸੋਰੀ ਦੋਨੋਂ ਕਹਿਤਾ, ਉਸ ਬਾਡੀ ਦੇ ਉੱਪਰ ਲੱਗਣ ਵਾਲੀਆਂ ਕਪਲ ਵਾਲੀਆਂ ਦੋਨੋਂ ਫੋਰਸਸ ਰੋਟੇਸ਼ਨਲ ਇਫੈਕਟ ਪੈਦਾ ਕਰਨਗੀਆਂ। ਹੁਣ ਆਪਾਂ ਉਹਨੂੰ ਚੈੱਕ ਹੁਣੀ ਕਰ ਲੈਣਾ। ਤੋ ਪਹਿਲਾਂ ਲਿਖ ਲਓ ਇੱਕ ਲਾਈਨ, ਆ ਤਿੰਨੋਂ ਡਾਇਗ੍ਰਾਮਸ ਬਣਾ ਲਓ। ਇੱਥੇ ਨਹੀਂ ਕਹਿਣਾ ਕਪਲ, ਅਭੀ ਕਪਲ ਨਹੀਂ ਹੈ। ਦੇਖੋ, ਕਪਲ ਕੰਸਿਸਟ ਆਫ ਟੂ ਇਕੁਅਲ ਬਟ ਆਪੋਜ਼ਿਟ ਫੋਰਸਿਸ ਐਕਟਿੰਗ ਔਨ ਏ ਬਾਡੀ ਹੈਵਿੰਗ having different lines of action, different lines of action, the couple produces rotational effect in the body or turning effect in the body like torque ਦਾ ਵੀ ਤਾਂ ਇਹੀ ਕੰਮ ਸੀ in the body like torque, ਪਰ ਫਰਕ ਕੀ ਹੈ ਪੁੱਤ, ਨੋਟ ਕਰ ਲਈ ਉਹ ਸਾਈਡ ਤੇ ਜਾਂ ਬ੍ਰੈਕਟ ਚ, ਇਨ ਟੋਰਕ ਵਨ ਆਫ ਦਾ ਫੋਰਸਿਸ external and other one is the one of the forces external and other one is the internal force. While in couple, jerky couple, both the forces are external. ਹੁਣ ਬੇਟਾ ਤੋ ਅਗਲੀ ਲਾਈਨ ਲਿਖਿਓ, ਇਨ ਆਰਡਰ ਟੂ ਮੈਜਰ
टर्निंग इफेक्ट ऑफ कपल, टर्निंग इफेक्ट ऑफ कपल इन ऑर्डर टू मेजर टर्निंग इफेक्ट ऑफ कपल ए फिजिकल क्वांटिटी a physical quantity movement of couple a physical quantity movement of couple MOMENT movement of couple is calculated to likho the movement of couple kede barabar hai putt अगर ना थोड़े सामने मूवमेंट ऑफ कपल निकालनी है तो तुसी पता की करना कपल बनिया कितनी फोर्सेस तो होया दो दोनों का मैग्नीट्यूड सेम है तो मूवमेंट ऑफ कपल निकालने लई मैग्नीट्यूड ऑफ आइदर फोर्स दोनों चीजें का मर्जी मैग्नीट्यूड ला लो इनटू तनाव पता कि मल्टीप्लाई करना इनटू परपेंडिकुलर डिस्टेंस इनटू परपेंडिकुलर डिस्टेंस बिटवीन द लाइंस ऑफ एक्शन ऑफ टू फोर्सेस perpendicular distance between the lines of action of two forces ha dekhe ho to ahi hai hun aa hai pehli force the line of action jinna marzi lamba chota kar lo aa dooji da ya inu pehli kar lo inu dusri kar lo to aa jada lal wala distance hai aa jada lal wala distance hai aa jada lal wala distance hai ये सारे की है सेम ये फाइंड आउट करने हैं ना ये ज्योमेट्रिकली अपन सिचुएशन से निकाल सकते हैं तो मैग्नीट्यूड ऑफ आइदर फोर्स इनटू परपेंडिकुलर बेसिकली है कि ये टॉर्क ही है रोटेशनल इफेक्ट बस फर्क ये है देखो पुत्र मुझे तो आ पेन है प्रैक्टिकली पता की है मान लो तुसी एक पेन नु टेबल दे रख लो हुन प्रैक्टिकल प्रॉब्लम जेडी आनी है वो आनी है कि पेन दा सरफेस और टेबल दे सरफेस च फ्रिक्शन होने तो उस इंपैक्ट नु खत्म करन लई की करो टेबल दे ऊपर ਪਾਊਡਰ ਜਿੱਦਾਂ ਕੈਰਮ ਬੋਰਡ ਖੇਡਣ ਲਈ ਕੱਪ ਪਾਊਡਰ ਵਿਛਾ ਦਿੰਦੇ ਆ ਨਾ ਆਪਾਂ ਤਾਂ ਫ੍ਰਿਕਸ਼ਨ ਘਟਾ ਲੈਂਦੇ ਆ ਤਾਂ ਪਾਊਡਰ ਵਿਛਾ ਕੇ ਪੈਨ ਉੱਪਰ ਰੱਖਤਾ ਪੈਨ ਦੀ ਜਗ੍ਹਾ ਕਾਪੀ ਕੁਛ ਵੀ ਹੋ ਸਕਦਾ ਤਾਂ ਕੋਈ ਫਰਕ ਨਹੀਂ ਅੱਛਾ ਹੁਣ ਪਤਾ ਕੀ ਕਰਨਾ ਤੁਸੀਂ ਇਸ ਪੈਨ ਦੇ ਉੱਪਰ ਇੱਕ ਫੋਰਸ ਲਗਾਉਣੀ ਹੈ ਕਿੱਥੇ ਇਸ ਆਈਡੀਆ ਹੋਣਾ ਨਾ ਕਿਉਂਕਿ ਪੈਨ ਦਾ ਸੈਂਟਰ ਆਫ ਮਾਸ ਰਫਲੀ ਲੋਕੇਟ ਕਰ ਸਕਦੇ ਹਾਂ ਜਾਂ ਨਵੀਂ ਪੈਨਸਲ ਲੈ ਲਓ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਨਵੀਂ ਪੈਨਸਲ ਕੀ ਹੈ ਸਫੈਰੀਕਲ ਯੂਨੀਫਾਰਮਲੀ ਡਿਸਟ੍ਰੀਬਿਊਸ਼ਨ ਆਫ ਮਾਸ ਹੈ ਤਾਂ ਜਿਹੜੀ ਨਵੀਂ ਪੈਨਸਲ ਹੈ
ਤੋ ਉਹਦਾ ਜਿਹੜਾ ਜਿਓਮੈਟ੍ਰੀਕਲ ਸੈਂਟਰ ਉਹੀ ਸੈਂਟਰ ਆਫ ਮਾਸ ਹੈ। ਤੋ ਉਸ ਪੈਨਸਿਲ ਨੂੰ ਸਮੂਥਲੈਸ ਸਰਫੇਸ ਤੇ, ਸਮੂਥਲੈਸ ਕਿੱਦਾਂ ਬਣਾਇਆ ਆਪਾਂ, ਪਾਊਡਰ ਵਿਛਾ ਕੇ ਉਹਦੇ ਤੇ ਰੱਖ ਕੇ ਤੇ ਇੱਦਾਂ ਪੁਸ਼ ਕਰਤਾ ਸੈਂਟਰ ਤੋਂ, ਤਾਂ ਉਹ ਪੈਨਸਿਲ ਬਿਲਕੁਲ ਸਿੱਧੀ ਜਾਏ, ਬਿਲਕੁਲ ਸਿੱਧੀ। ਪਰ ਹੁਣ ਤੁਸੀਂ ਕੀ ਕਰੋ, ਦੁਬਾਰਾ ਕੀ ਕਰੋ, ਇੱਕ ਇਸ ਐਂਡ ਤੇ ਔਰ ਦੂਸਰਾ ਇਸ ਐਂਡ ਤੇ, ਮਤਲਬ ਕਿੱਦਾਂ ਫੋਰਸਿਸ ਸਮਝ ਆਈ, ਤਾਂ ਇੱਦਾਂ ਫੋਰਸਿਸ ਲਗਾਓ ਤਾਂ ਉਹ ਪੈਨਸਿਲ ਉਸੇ ਜਗ੍ਹਾ ਤੇ ਰੋਟੇਟ ਕਰੇ, ਜਿੱਦਾਂ ਟੂਟੀ ਨੀ ਖੋਲੀ ਸੀ ਆਪਾਂ, ਹੈਨਾ, ਕਿੱਦਾਂ ਖੋਲਦੇ ਹਾਂ ਟੂਟੀ ਨੂੰ। ਹੁਣ ਅੱਜ ਕੱਲ ਤਾਂ ਚਲੋ ਡਿਜ਼ਾਈਨਰ ਆ ਗਈਆਂ ਟੂਟੀਆਂ, ਅੱਗੇ ਤਾਂ ਜਿਹੜੀ ਨਾਰਮਲ ਟੂਟੀ ਹੁੰਦੀ ਸੀ ਉਹਦੇ ਉੱਪਰ ਏਦਾਂ ਛੋਟੀ ਜਿਹੀ ਰੋਡ ਲੱਗੀ ਹੁੰਦੀ ਸੀਗੀ, ਤਾਂ ਉਹਨੂੰ ਏਦਾਂ ਏਦਾਂ ਹੱਥ ਫੜ ਕੇ ਤਾਂ ਨੀ ਘੁਮਾਉਂਦੇ, ਇੱਕ ਫੋਰਸ ਇੱਧਰ ਨੂੰ ਲਗਾਉਂਦੇ ਇੱਕ, ਤਾਂ ਉਹ ਬੇਸਿਕਲੀ ਆਪਾਂ ਕੀ ਲਗਾ ਰਹੇ ਹੁੰਦੇ, ਕਪਲ ਰੋਟੇਸ਼ਨਲ ਇਫੈਕਟ। ਜਾਂ ਜਿਹੜੀ ਡਿਜ਼ਾਈਨਰ ਟੂਟੀ ਵੀ ਹੈ, ਮੰਨ ਲਓ ਰੋਡ ਨਹੀਂ ਵੀ ਲੱਗੀ, ਤਾਂ ਉਹਨੂੰ ਏਦਾਂ ਹੱਥ ਪਕੜ ਕੇ ਏਦਾਂ ਨੀ ਘੁਮਾਉਂਦੇ, ਤਾਂ ਆਹ ਉਂਗਲ ਤੁਹਾਡੇ ਵੱਲ ਨੂੰ ਆ ਰਹੀ ਹੈ, ਆਹ ਅੰਗੂਠਾ ਮੇਰੇ ਵੱਲ ਨੂੰ ਆ ਰਿਹਾ, ਹੈ ਨਾ, ਤਾਂ ਫੋਰਸਿਸ ਕਿੰਨੀਆਂ ਲੱਗ ਰਹੀਆਂ, ਦੋ ਤਾਂ ਹੱਥ ਪਾਇਆ ਪਕੜ ਘੁਮਾ ਦਿੰਦੇ ਗੱਲ ਨੂੰ ਸਮਝਾਉਣ ਲਈ। ਤੋ ਜੋ ਰੋਟੇਸ਼ਨਲ ਇਫੈਕਟ ਹੈ ਕਪਲ ਦਾ, ਉਹ ਉਹੀ ਹੈ ਜਿਸ ਤਰ੍ਹਾਂ ਟੋਰਕ ਦਾ, ਬਸ ਫਰਕ ਇਹ ਹੈ ਕਿ ਟੋਰਕ ਵਾਲੇ ਕੇਸ ਚ ਹੁਣ ਆ ਜਦੋਂ ਦਰਵਾਜ਼ਾ ਖੋਲਣ ਲਈ ਮੈਂ ਇੱਕੋ ਹੀ ਫੋਰਸ ਲਗਾਈ, ਪਰ ਇੱਕੋ ਫੋਰਸ ਲਗਾਉਣ ਦਾ ਮਤਲਬ ਆਹ ਜਿਹੜੇ ਹਿੰਜਿਸ ਹੈ ਨਾ, ਇੱਥੇ ਵੀ ਕੀ ਪੈ ਰਹੀ ਹੈ, ਫੋਰਸ ਲੱਗ ਰਹੀ ਹੈ, ਇਹ ਇੰਟਰਨਲ ਫੋਰਸ। ਆਹ ਵਾਲੀ ਫੋਰਸ ਔਰ ਆਹ ਵਾਲੀ ਫੋਰਸ ਕੀ ਹੈ, ਇਕੁਅਲ ਬਟ ਆਪੋਜ਼ਿਟ, ਇਸ ਕਰਕੇ ਰੋਟੇਸ਼ਨਲ ਇਫੈਕਟ ਕਹਿ ਸਕਦੇ ਹਾਂ ਆਪਾਂ। ਪਰ ਐਕਚੁਅਲੀ ਜੇ ਕਹੀਏ, ਹੁਣ ਦੇਖੋ ਇਹਦੇ ਚ ਵੀ ਅਗਲੀ ਗੱਲ ਦਾ ਪ੍ਰੋਗਰੈਸ ਆਣੀ ਹੈ, ਮੈਂ ਸਟੇਟਮੈਂਟ ਦੇ ਤਾਂ ਦਿੱਤੀ ਹੈ ਵੀ ਆਹ ਵਾਲੀ ਫੋਰਸ ਔਰ ਆਹ ਫੋਰਸ ਇਕੁਅਲ ਬਟ ਆਪੋਜ਼ਿਟ ਹੈ ਨਹੀਂ। ਕਿਉਂ ਨਹੀਂ ਹੈ, ਕਿਉਂਕਿ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਜਿਹੜੀਆਂ ਦੋ ਫੋਰਸਿਸ ਹੈ ਇਹ ਇਕੁਅਲ ਬਟ ਆਪੋਜ਼ਿਟ ਲਗਾਈਆਂ ਗਈਆਂ। ਯਾਦ ਰੱਖੋ, ਜੇ ਨਾ ਸਾਡੀ ਬੋਡੀ ਖੜੀ ਹੋਏ, ਰੁਕੀ ਹੋਏ, ਹੈਨਾ, ਤੇ ਜੇ ਅਸੀਂ ਦੋ ਫੋਰਸਿਸ ਲਗਾਈਏ ਇਕੁਅਲ ਬਟ ਆਪੋਜ਼ਿਟ, ਤਾਂ ਨੈਟ ਫੋਰਸ ਕੀ ਹੋਊ, ਜ਼ੀਰੋ। ਤੇ ਨੈਟ ਫੋਰਸ ਤਾਂ ਹੁੰਦੀ ਨਹੀਂ ਹੈ, ਮਾਸ ਇਨਟੂ ਐਕਸਲਰੇਸ਼ਨ ਆਫ ਸੈਂਟਰ ਆਫ ਮਾਸ ਹੁੰਦੀ ਨਾ। ਇਹਦਾ ਮਤਲਬ ਜੇ ਨੈਟ ਫੋਰਸ ਜ਼ੀਰੋ ਹੈ ਤਾਂ ਐਕਸਲਰੇਸ਼ਨ ਆਫ ਸੈਂਟਰ ਆਫ ਮਾਸ ਕੀ ਹੋਊ, ਜ਼ੀਰੋ। ਅੱਛਾ, ਸੈਂਟਰ ਆਫ ਮਾਸ ਜੀ ਪੜਿਆ ਸੀਗਾ ਕਿ ਅਗਰ ਸਿਸਟਮ ਤੇ ਨੈਟ ਫੋਰਸ ਜ਼ੀਰੋ ਹੋਏ ਤਾਂ ਸਿਸਟਮ ਦੇ ਸੈਂਟਰ ਆਫ ਮਾਸ ਦੀ ਵੈਲੋਸਿਟੀ ਕੀ ਰਹਿੰਦੀ ਹੈ, ਕਾਂਸਟੈਂਟ। ਔਰ ਕਾਂਸਟੈਂਟ ਵੈਲੋਸਿਟੀ ਰਹਿਣ ਦਾ ਮਤਲਬ ਕੀ ਹੁੰਦਾ ਕਿ ਇਨੀਸ਼ੀਅਲ ਔਰ ਫਾਈਨਲ ਸੈਂਟਰ ਆਫ ਮਾਸ ਦੀ ਵੈਲੋਸਿਟੀ ਤੇ ਕੋਈ ਫਰਕ ਨਹੀਂ ਪਿਆ। ਹੁਣ ਤੁਹਾਨੂੰ ਮੈਂ ਕੀ ਕਿਹਾ ਕਿ ਅਗਰ ਇੱਕ ਬੋਡੀ ਰੁਕੀ ਹੋਈ ਹੈ ਔਰ ਉੱਤੇ ਆਪਾਂ ਟੂ ਇਕੁਅਲ ਬਟ ਆਪੋਜ਼ਿਟ ਫੋਰਸਿਸ ਨਹੀਂ ਲਗਾਈਆਂ ਹਾਲੇ, ਉਹ ਹੈ ਇਨੀਸ਼ੀਅਲ ਸਟੇਟ। ਤੇ ਜਦੋਂ ਟੂ ਇਕੁਅਲ ਬਟ ਆਪੋਜ਼ਿਟ ਫੋਰਸਿਸ ਲਗਾਤੀਆਂ ਤੇ ਉਹ ਕੀ ਬਣ ਗਈ, ਫਾਈਨਲ ਸਟੇਟ। ਹੁਣ ਇਨੀਸ਼ੀਅਲ ਸਟੇਟ ਚ ਸੈਂਟਰ ਆਫ ਮਾਸ ਦੀ ਵੈਲੋਸਿਟੀ ਕੀ ਹੈ, ਜ਼ੀਰੋ। ਕਿਉਂ, ਬੋਡੀ ਰੁਕੀ ਸੀ, ਰੈਸਟ ਕੀਤੀ ਸੀ। ਔਰ ਉਸ ਤੋਂ ਬਾਅਦ ਜਦੋਂ ਅਸੀਂ ਟੂ ਇਕੁਅਲ ਬਟ ਆਪੋਜ਼ਿਟ ਫੋਰਸਿਸ ਲਗਾਤੀਆਂ ਤਾਂ ਨੈਟ ਫੋਰਸ ਕਿੰਨੀ ਹੈ, ਫੋਰਸ ਜ਼ੀਰੋ। ਕਿਉਂ, ਟੂ ਇਕੁਅਲ ਬਟ ਹੈ, ਤਾਂ ਹੁਣ ਵੀ ਫਿਰ ਵੀ ਸੀ ਐਮ ਕੀ ਰਹਿਣਾ,
ਜ਼ੀਰੋ ਹੀ ਰਹਿਣਾ ਜੋ ਪਹਿਲਾਂ ਸੀ। ਇਹਦਾ ਮਤਲਬ ਜੇਕਰ ਆਪਾਂ ਕਿਸੇ ਰੁਕੀ ਹੋਈ ਬਾਡੀ ਤੇ ਟੂ ਇਕੁਅਲ ਬਟ ਆਪੋਜ਼ਿਟ ਫੋਰਸਿਸ ਲਗਾ ਰਹੇ ਹਾਂ ਤਾਂ ਉਹਦਾ ਸੈਂਟਰ ਆਫ ਮਾਸ ਰੈਸਟ ਤੇ ਹੀ ਰਹੇਗਾ। ਉਹ ਮੰਨ ਕੇ ਕੀ ਚੱਲ ਰਹੇ ਹਾਂ ਆਪਾਂ ਕਿ ਲਗਾਉਣ ਤੋਂ ਪਹਿਲਾਂ ਵੀ ਰੁਕਿਆ ਸੀਗਾ ਤੇ ਹੁਣ ਵੀ ਰੁਕਿਆ ਨਾ, ਪਰ ਦਰਵਾਜ਼ੇ ਦੇ ਕੇਸ ਚ ਇੱਦਾਂ ਨਹੀਂ ਹੈ ਬੇਸਿਕਲੀ, ਕਿਉਂਕਿ ਦਰਵਾਜ਼ੇ ਦਾ ਸੈਂਟਰ ਆਫ ਮਾਸ ਕਿੱਥੇ ਹੈ? ਆਡਾ ਦਰਵਾਜ਼ਾ ਵਾ, ਇਹਦਾ ਸੈਂਟਰ ਆਫ ਮਾਸ ਆਲਮੋਸਟ ਇੱਥੇ ਹੋਏਗਾ ਮੰਨ ਲੈਂਦੇ ਹਾਂ। ਤਾਂ ਜਦੋਂ ਹੁਣ ਮੈਂ ਇਹਨੂੰ ਦਰਵਾਜ਼ੇ ਨੂੰ ਖੋਲਦਾ ਵਾਂ ਇਹ ਸੈਂਟਰ ਆਫ ਮਾਸ ਵੀ ਅੱਗੇ ਨੂੰ ਆ ਰਿਹਾ ਨਾ, ਮੋਸ਼ਨ ਚ ਆ ਗਿਆ ਵਾ, ਤਾਂ ਇਹ ਜਿਹੜਾ ਸੈਂਟਰ ਆਫ ਮਾਸ ਦਰਵਾਜ਼ੇ ਚ ਰੁਕਿਆ ਨਹੀਂ ਰਹਿੰਦਾ। ਇਟ ਮੀਨਸ ਆਹ ਵਾਲੀ ਜਿਹੜੀ ਇੰਟਰਨਲ ਫੋਰਸ ਹੈ ਉਹ ਇਹਦੇ ਇਕੁਅਲ ਬਟ ਆਪੋਜ਼ਿਟ ਨਹੀਂ ਹੈ। ਮਤਲਬ ਇਹਨਾਂ ਗੱਲਾਂ ਨੂੰ ਥੋੜਾ ਡਿਟੇਲ ਚ ਸਮਝਣਾ ਪੈਂਦਾ। ਸੋ ਜਦੋਂ ਵੀ ਬਾਡੀ ਤੇ ਕਪਲ ਲੱਗੇਗੀ ਤਾਂ ਜੇ ਰੁਕੀ ਹੋਈ ਬਾਡੀ ਤੇ ਕਪਲ ਲੱਗੀ, ਕਪਲ ਮਤਲਬ ਟੂ ਇਕੁਅਲ ਬਟ ਆਪੋਜ਼ਿਟ ਫੋਰਸਿਸ ਹੈਵਿੰਗ ਸੇਮ ਮੈਗਨੀਟਿਊਡ ਆਪੋਜ਼ਿਟ ਡਾਇਰੈਕਸ਼ਨਸ ਐਂਡ ਡਿਫਰੈਂਟ ਲਾਈਨਸ ਆਫ ਐਕਸ਼ਨ, ਤਾਂ ਉਹ ਸੈਂਟਰ ਆਫ ਮਾਸ ਨੂੰ ਹਿਲਾਏਗੀ ਬਾਡੀ ਦੇ ਨੂੰ ਨਹੀਂ, ਪਰ ਕਿਹੜਾ ਇਫੈਕਟ ਪੈਦਾ ਕਰੇਗੀ? ਮਤਲਬ ਬਾਡੀ ਉਸੀ ਜਗ੍ਹਾ ਤੇ ਘੁੰਮੇਗੀ। ਹੁਣ ਜਿਹੜੀ ਟੁੱਟੀ ਹੈ ਤੁਹਾਡੀ, ਤਾਂ ਜਦੋਂ ਉਹਨੂੰ ਖੋਲਦੇ ਹਾਂ ਬੰਦ ਕਰਦੇ ਹਾਂ ਤਾਂ ਉਹਦੇ 'ਚ ਤਾਂ ਐਕਚੁਅਲੀ ਉਹ ਜੁੜੀ ਵੀ ਹੋਈ ਹੈ ਨਾ, ਉੱਥੇ ਇੰਟਰਨਲ ਫੋਰਸਿਸ ਵੀ ਆ ਜਾਂਦੀਆਂ ਕੰਮ। ਮਤਲਬ ਕੋਈ ਐਡਾ ਆਸਾਨ ਨਹੀਂ ਜਿੰਨਾ ਆਪਾਂ ਪਲੱਸ ਵਨ ਲੈਵਲ 'ਤੇ ਗੱਲਾਂ ਦੱਸਦੇ ਹਾਂ ਨਾ, ਉਹ ਥੋੜ੍ਹਾ ਜਿਹਾ ਐਗਜ਼ਾਮਪਲ ਚੂਜ਼ ਕਰਨੀਆਂ ਮੁਸ਼ਕਿਲ ਵੀ ਹੋ ਜਾਂਦੀਆਂ। ਤਾਂ ਜਦੋਂ ਟੂਟੀ ਨੂੰ ਖੋਲਦੇ ਹਾਂ ਉਹ ਤਾਂ ਆਪਾਂ ਬੰਦ ਕਰਦੇ ਹਾਂ ਹੈ ਨਾ, ਤਾਂ ਜਿਹੜਾ ਸੈਂਟਰ ਆਫ ਮਾਸ ਹੈ ਉਹ ਉੱਥੇ ਦਾ ਉੱਥੇ ਹੀ ਰਹਿੰਦਾ ਵਾ, ਸਮਝ ਗਏ ਨਾ ਗੱਲ? ਤੋ ਉਹਦੇ ਪਿੱਛੇ ਕਾਰਨ ਅਲੱਗ ਵੀ ਹੈ, ਇੰਟਰਨਲ ਫੋਰਸਿਸ ਵਾਲਾ ਸਾਰਾ ਕਨਸੈਪਟ, ਹੋਰ ਵੀ ਆ ਜਾਂਦੀਆਂ ਫੋਰਸਿਸ, ਬਟ ਫਿਰ ਵੀ ਜਿਹੜੀ ਗੱਲ ਸਾਡੇ ਦਿਮਾਗ 'ਚ ਰਹਿਣੀ ਚਾਹੀਦੀ ਉਹ ਕੀ ਹੈ ਕਿ ਜਦੋਂ ਵੀ ਕਿਸੇ ਬਾਡੀ ਦੇ ਉੱਪਰ ਕਿੰਨੀਆਂ ਫੋਰਸਿਸ ਲੱਗਣ, ਦੋਨਾਂ ਦਾ ਮੈਗਨੀਟਿਊਡ ਡਾਇਰੈਕਸ਼ਨ ਤੇ ਲਾਈਨਸ ਆਫ ਐਕਸ਼ਨ, ਤਾਂ ਫਿਰ ਕੀ ਲੱਗੇਗੀ? ਕਪਲ ਲੱਗੇ। ਕਪਲ ਮੀਨਸ ਬਾਡੀ ਦੇ ਉੱਪਰ ਰੋਟੇਸ਼ਨਲ ਇਫੈਕਟ ਆਇਆ। ਔਰ ਕਪਲ ਦੀ ਵੈਲਿਊ ਨੂੰ ਮੈਜ਼ਰ ਕਰਨ ਲਈ ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ, ਲਿਖਦੇ ਹਾਂ, ਉਹਨੂੰ ਕੀ ਕਹਿੰਦੇ ਹਾਂ? ਮੂਵਮੈਂਟ ਆਫ ਕਪਲ। ਔਰ ਮੂਵਮੈਂਟ ਆਫ ਕਪਲ ਲਾਈਕ ਏ ਟੌਰਕ ਹੀ ਹੈ, ਇਸੇ ਕਰਕੇ ਮੈਂ ਸਿੰਪਲ ਕੀ ਲਿਖਿਆ? ਟੌਰਕ ਵਾਲਾ ਹੀ ਲਿਖਿਆ, ਕਿਉਂਕਿ ਟੌਰਕ ਵੀ ਉਹੀ ਕੰਮ ਕਰਦੀ ਹੈ। ਔਰ ਇਹਨੂੰ ਕਪਲ ਦੇ ਇਫੈਕਟ ਨੂੰ ਕੈਲਕੂਲੇਟ ਕਰਨ ਦੇ ਲਈ ਅਸੀਂ ਕਿਹੜਾ ਫਾਰਮੂਲਾ ਯੂਜ਼ ਕਰਨਾ? ਹਾਂ, ਐਫ ਡੀ ਏ। ਔਰ ਲਾਸਟ ਪੁਆਇੰਟ ਇਹਦੇ ਬਾਰੇ ਨੋਟ ਕਰਕੇ ਲਿਖ ਲਓ, ਮੂਵਮੈਂਟ ਆਫ ਕਪਲ ਇਜ਼ ਇੰਡੀਪੈਂਡੈਂਟ ਆਫ ਕਾਹਦੇ ਤੋਂ ਇੰਡੀਪੈਂਡੈਂਟ ਹੈ? ਤੋ ਮੂਵਮੈਂਟ ਆਫ ਕਪਲ ਇਜ਼ ਇੰਡੀਪੈਂਡੈਂਟ ਆਫ ਪੁਆਇੰਟ ਔਨ ਦਾ ਬਾਡੀ ਅਬਾਊਟ ਵਿਚ ਕਪਲ ਇਜ਼ ਕੈਲਕੂਲੇਟਡ। ਜਿਸ ਪੁਆਇੰਟ ਦੇ ਅਬਾਊਟ ਕਪਲ, ਰੋਟੇਸ਼ਨਲ ਇਫੈਕਟ ਕਿਹਾ ਹੋਇਆ ਨਾ, ਐਕਸਿਸ ਜਾਂ ਪੁਆਇੰਟ ਤੇ ਡਿਪੈਂਡ ਕਰਦਾ, ਪਰ ਕਪਲ ਦੀ ਵੈਲਿਊ, ਮੂਵਮੈਂਟ ਆਫ ਕਪਲ ਦੀ ਵੈਲਿਊ ਪੁਆਇੰਟ ਤੇ ਡਿਪੈਂਡ ਨਹੀਂ ਕਰਦੀ। ਮਤਲਬ ਇਸ ਕੇਸ ਦੇ ਵਿੱਚ ਬੇਟਾ, ਚਾਹੇ ਤੁਸੀਂ O1, ਚਾਹੇ O2, ਚਾਹੇ O3,
ਕਿਸੇ ਵੀ ਪੁਆਇੰਟ ਨੂੰ ਐਕਸਿਸ ਆਫ ਰੋਟੇਸ਼ਨ ਮੰਨ ਕੇ ਰੋਟੇਸ਼ਨਲ ਇਫੈਕਟ ਮੂਵਮੈਂਟ ਆਫ ਕਪਲ ਕੱਢ ਲਓ, ਕੀ ਆਏਗੀ? ਸੇਮ ਆਏਗੀ। ਇਹ ਰਿਜ਼ਲਟ ਹੈ ਜਿਹੜਾ, ਨੋਟ ਕਰ ਲਿਆ, ਇਹਨੂੰ ਆਪਾਂ ਅੱਗੇ ਯੂਜ ਕਰਾਂਗੇ। ਹੁਣ ਹੈਡਿੰਗ ਲਿਖੋ ਪਹਿਲਾਂ, ਰਿਜਿਡ ਬਾਡੀ, ਰਿਜਿਡ ਬਾਡੀ body ਬਾਰੇ ਪਤਾ ਲੱਗ ਗਿਆ, ਉਹ ਤੁਹਾਨੂੰ ਆਈਡੀਆ ਹੋ ਗਿਆ ਥੋੜਾ ਜਿਹਾ, ਫਿਰ ਅੱਗੇ ਲਿਖਣਾ ਸ਼ੁਰੂ ਕਰੋ ਨੋਟ ਕਰਕੇ ਹੀ।
नोट ए करना, इन रोटेशनल मोशन, इन रोटेशनल मोशन, ये रोटेशनल मोशन बारे आप गल करन लगे हैं रिजिड बॉडी दे, इन रोटेशनल मोशन द एंगुलर वेलोसिटी ऑफ ईच कॉन्स्टिट्यूएंट पार्टिकल ऑफ द बॉडी अबाउट गिवन एक्सिस ऑफ रोटेशन, इज सेम एंड इज कॉल्ड एंगुलर वेलोसिटी ऑफ द रोटेटिंग रिजिड बॉडी। वेन अगला पॉइंट बना लियो, वेन ए रिजिड बॉडी रोटेट्स about given axis of rotation, its each constituent particle follows circular path with center on the axis of rotation and radius of its circular path is equal to केदे बराबर होता perpendicular distance of that particle from the axis of rotation। आ देखियो कुतुन, तो इस गल्लों असी एक्सटेंड कर सकते हैं काफी दूर तक, जितना कि आ देखो आ मैं तुहाडे सामने शो करती एक्सिस ऑफ रोटेशन, तो आ है साडे कोल रिजिड बॉडी है ना, रिजिड बॉडी मान लो आ एक्सिस ऑफ रोटेशन है
तो आ रिजिड बॉडी है, आ रिजिड बॉडी की कर रही है ता रोटेट कर रही है, एक्सिस दे अबाउट इतना घूम रही है ना। और अगर अपन इस उना पंखा की बॉडी है रिजिड है कि नहीं है, तो जितनी भी सॉलिड बॉडीज है वो सारियां रिजिड ही है, तो जेडे लिक्विड्स है जेडे इनकंप्रेसिबल अप मान के चल दे थ्रेटिकली वो सारे की है वो भी रिजिड बॉडीज आ जाते, पर गैसेस नहीं है। जे आप कंटेनर गैस नु भर के ते घुमाइए ते गैस दे मॉलिक्यूल्स दे विच दूरी जड़ी है वो बदलती रहनी है, तो हुन सॉलिड्स ता सारे की है रिजिड है, तो ये पंखा की है रिजिड बॉडी। तो इस वक्त पंखा केड़े मोशन च है, रोटेशनल मोशन च है, और इदी एक्सिस ऑफ रोटेशन पता लग रही केड़ी है, और जड़ी पंखे दी ऊपर रॉड नहीं वाइट ਉਹਨੂੰ ਨੀਚੇ ਨੂੰ ਲੈ ਆਈਏ ਤਾਂ ਉਹਦੀ ਕੀ ਹੈ ਐਕਸਿਸ ਆਫ ਰੋਟੇਸ਼ਨ ਹੈ ਨਾ। ਹੁਣ ਕੀ ਕਰੋ ਪੰਖਾ ਬੰਦ ਕਰਕੇ ਤੋ ਪੰਖੇ ਦੇ ਉੱਪਰ ਬਾਹਰ ਹੀ ਸਰਫੇਸ ਤੇ ਹੀ ਦੋ ਤਿੰਨ ਵਾਈਟ ਕਲਰ ਦੇ ਡੋਟਸ ਲਗਾ ਦਈਏ ਹੈ ਨਾ, ਤੋ ਜਿੱਦਾਂ ਕਿ ਆਪਾਂ ਅੰਦਰ ਜਾਣ ਦੀ ਵੀ ਨਹੀਂ ਲੋੜ, ਗੱਲ ਸਮਝ ਆਈ ਨਹੀਂ ਕਿ ਆ ਮੈਂ ਕੀ ਕੀਤਾ ਇਸ ਬੋਡੀ ਦੇ ਉੱਪਰ ਡੋਟ ਲਗਾ ਦਿੱਤਾ। ਹੁਣ ਉਹ ਡੋਟ ਜਿਹੜਾ ਪੰਖੇ ਤੇ ਤੁਸੀਂ ਵਾਈਟ ਕਲਰ ਦਾ ਕੋਈ ਲਗਾਓ ਪਹਿਲਾਂ ਲਗਾ ਦਿੱਤਾ, ਤਾਂ ਜਿੱਦਾਂ ਹੀ ਪੰਖਾ ਔਨ ਕਰੂੰਗੇ ਤਾਂ ਜੇ ਉਹ ਡੋਟ ਤੇ ਨਿਗਾਹ ਰੱਖੀਏ ਤਾਂ ਤੁਸੀਂ ਨੋਟ ਕਰੂੰਗੇ ਕਿ ਜਿੱਦਾਂ ਪੰਖਾ ਘੁੰਮਣਾ ਸ਼ੁਰੂ ਕਰੇਗਾ ਉਹ ਡੋਟ ਕਿਹੜਾ ਪਾਥ ਫਾਲੋ ਕਰੂਗਾ, ਸਰਕੂਲਰ ਪਾਥ। ਪੁਆਇੰਟ ਡੋਟ ਪੁਆਇੰਟ ਹੈ ਨਾ, ਬੋਡੀ ਦਾ ਰੋਟੇਸ਼ਨਲ ਮੋਸ਼ਨ ਹੋਣਾ ਤੇ ਪੁਆਇੰਟ ਦਾ ਸਰਕੂਲਰ ਹੋਏਗਾ। ਤੋ ਜਦੋਂ ਇਸ ਬੋਡੀ ਨੂੰ ਆਪਾਂ ਇਸ ਐਕਸਿਸ ਦੇ ਅਬਾਊਟ ਘੁਮਾਵਾਂਗੇ ਤਾਂ ਇਹ ਜਿਹੜਾ ਬੋਡੀ ਦੇ ਉੱਪਰ ਕੋਈ ਵੀ ਡੋਟ ਹੈ ਉਹ ਕਿਹੜਾ ਪਾਥ ਫਾਲੋ ਕਰੂ, ਔਰ ਉਸ ਸਰਕਲ ਦਾ ਸੈਂਟਰ ਪਤਾ ਕਿੱਥੇ ਹੋਣਾ, ਤੋ ਆ ਹੋਣਾ ਇਹ ਆ ਹੈ ਉਸ ਆ ਕੀ ਹੈ ਇਸ ਡੋਟ ਦਾ ਜਾਂ ਇਸ ਪਾਰਟੀਕਲ ਦਾ ਐਕਸਿਸ ਆਫ ਰੋਟੇਸ਼ਨ ਤੋਂ ਪਰਪੈਂਡੀਕੁਲਰ ਡਿਸਟੈਂਸ, ਠੀਕ ਹੈ। ਤੋ ਆ ਕੀ ਹੋਣਾ ਇਸ ਪਾਰਟੀਕਲ ਦੇ ਸਰਕੂਲਰ ਪਾਥ ਦਾ ਸੈਂਟਰ ਹੋਣਾ, ਔਰ ਸਰਕੂਲਰ ਪਾਥ ਕਿੱਦਾਂ ਹੋਣਾ ਉਹ ਤਾਂ ਸਰਕਲ ਬਣਾ ਹੀ ਸਕਦੇ ਹਾਂ ਆਪਾਂ, ਇਹਦਾ ਆ ਸਾਈਡ ਔਰ ਆ ਸਾਈਡ ਆਲਮੋਸਟ ਸੇਮ ਰੱਖਣੀ ਪੈਣੀ ਨਾ ਤੁਹਾਨੂੰ, ਰੱਖ ਲਏ ਜੇ ਇਹ ਪਾਰਟੀਕਲ ਦਾ ਨਾਮ ਅਸੀਂ ਰੱਖਿਆ ਹੋਏ ਫਸਟ ਪਾਰਟੀਕਲ, ਤਾਂ ਫਿਰ ਆ ਕੀ ਹੈ ਫਸਟ ਪਾਰਟੀਕਲ ਦੇ ਸਰਕੂਲਰ ਪਾਥ ਨੂੰ ਨਜ਼ਰ ਆ ਰਿਹਾ, ਤੇ ਆ ਕੀ ਹੈ ਫਸਟ ਪਾਰਟੀਕਲ ਦੇ ਸਰਕੂਲਰ ਪਾਥ ਦਾ, ਤੇ ਆ ਕੀ ਹੈ ਫਸਟ ਪਾਰਟੀਕਲ ਦੇ ਰੇਡੀਅਸ ਹੈ ਹਨਾ। ਅੱਛਾ ਤੁਸੀਂ ਕਹਿੰਦੇ ਆ ਵੀ ਇੱਕ ਹੋਰ ਪਾਰਟੀਕਲ ਲੈ ਲੈਂਦੇ, ਮੰਨ ਲਓ ਸੈਕਿੰਡ ਈਅਰ, ਹੁਣ ਸੈਕਿੰਡ ਪਾਰਟੀਕਲ ਨੇ ਵੀ ਕਿਹੜਾ ਪਾਥ ਫਾਲੋ ਕਰਨਾ, ਤੋ ਇਹਦਾ ਸਰਕਲ ਦਾ ਰੇਡੀਅਸ ਕਿੰਨਾ ਹੋਣਾ, ਆ ਵਾਲਾ ਹੋਣਾ ਆਰ ਟੂ, ਆ ਕੀ ਹੋਣਾ ਤੇ ਇਹਦਾ ਸਰਕਲ ਜੇ ਡਰਾ ਕਰੀਏ ਤਾਂ ਆਹੀ ਬਣੇਗਾ, ਹੈ ਨਾ, ਇੱਦਾਂ ਹੀ ਚੱਲਦੇ ਜਾਓ। ਤੋ ਹਰ ਪਾਰਟੀਕਲ
ਆਪਾਂ ਕੀ ਮੰਨ ਕੇ ਚੱਲਦੇ ਹਾਂ ਸਾਡੀ ਬੋਡੀ ਕਿੰਨੇ ਪਾਰਟੀਕਲਸ ਦੀ ਬਣੀ ਹੈ? n ਪਾਰਟੀਕਲਸ। ਔਰ ਜਿਹੜਾ n ਨੰਬਰ ਵਾਲਾ ਪਾਰਟੀਕਲਸ ਹੈ ਉਹਦੇ ਸਰਕਲ ਦਾ ਰੇਡੀਅਸ ਔਰ ਹਨਾ ਜਦੋਂ ਨਾ ਕੋਈ ਰਿਜਿਡ ਬੋਡੀ ਰੋਟੇਟ ਕਰਦੀ ਹੈ ਤਾਂ ਜਿਸ ਐਕਸਿਸ ਦੇ ਅਬਾਊਟ ਰਿਜਿਡ ਬੋਡੀ ਰੋਟੇਟ ਕਰਦੀ ਹੈ ਉਸ ਐਕਸਿਸ ਦੇ ਅਬਾਊਟ ਬੋਡੀ ਨੇ ਹਰ ਪਾਰਟੀਕਲ ਨੇ ਕਿਹੜਾ ਪਾਥ ਫਾਲੋ ਕਰਨਾ? ਸਰਕੂਲਰ ਪਾਥ। ਔਰ ਹਰ ਪਾਰਟੀਕਲ ਦੇ ਸਰਕੂਲਰ ਪਾਥ ਦਾ ਸੈਂਟਰ ਕਿੱਥੇ ਹੋਣਾ? ਐਕਸਿਸ ਆਫ ਰੋਟੇਸ਼ਨ ਤੇ। ਹਰ ਪਾਰਟੀਕਲ ਦੇ ਸਰਕੂਲਰ ਪਾਥ ਦਾ ਰੇਡੀਅਸ ਕਿੱਦਾਂ ਨੋਟ ਕਰਨਾ? ਉਸ ਪਾਰਟੀਕਲ ਦੇ ਐਕਸਿਸ ਆਫ ਰੋਟੇਸ਼ਨ ਤੋਂ ਪਰਪੈਂਡੀਕੁਲਰ ਡਿਸਟੈਂਸ ਨੋਟ ਕਰ। ਸਮਝ ਗਏ? ਅੱਛਾ, ਹੁਣ ਦੇਖਿਓ ਪਤਾ ਲੱਗ ਗਿਆ ਇਹ ਗੱਲ। ਅਗਰ ਮੈਨੂੰ ਕੋਈ ਕਹੇ ਪੁੱਤ ਬਈ ਇਸ ਕੇਸ ਦੇ ਵਿੱਚ ਜਿਹੜੀ ਰਿਜਿਡ ਬੋਡੀ ਹੈ ਉਹ ਐਕਸਿਸ ਆਫ ਰੋਟੇਸ਼ਨ ਦੇ ਅਬਾਊਟ ਰੋਟੇਟ ਕਰ ਰਹੀ ਹੈ ਔਰ ਓਮੇਗਾ ਕੀ ਹੈ ਉਸਦੀ ਰਿਜਿਡ ਬੋਡੀ ਦੀ ਐਂਗੂਲਰ ਵੈਲੋਸਿਟੀ ਹੈ ਤਾਂ ਅਗਰ ਰਿਜਿਡ ਬੋਡੀ ਐਂਗੂਲਰ ਵੈਲੋਸਿਟੀ ਓਮੇਗਾ ਨਾਲ ਰੋਟੇਟ ਕਰ ਰਹੀ ਹੈ ਤਾਂ ਉਸ ਵਕਤ ਉਸ ਰਿਜਿਡ ਬੋਡੀ ਦੇ ਹਰ ਪਾਰਟੀਕਲ ਦੀ ਵੀ ਆਪਣੇ ਆਪਣੇ ਸਰਕੂਲਰ ਪਾਥ ਚ ਐਂਗੂਲਰ ਵੈਲੋਸਿਟੀ ਕਿੰਨੀ ਹੋਣੀ? ਓਮੇਗਾ ਹੀ ਹੋਣੀ, ਚਾਹੇ ਉਹ ਪਹਿਲਾ ਪਾਰਟੀਕਲ ਹੈ, ਚਾਹੇ ਦੂਜਾ ਵਾ, ਚਾਹੇ ਤੀਜਾ ਵਾ, ਚਾਹੇ ਚੌਥਾ ਵਾ। ਸਮਝ ਆਈ ਗੱਲ? ਅੱਛਾ, ਜੇ ਮੈਨੂੰ ਕੋਈ ਕਹੇ ਕਿ ਇਹ ਜਿਹੜੀ ਰਿਜਿਡ ਬੋਡੀ ਹੈ ਇਹ ਐਂਗੂਲਰ ਵੈਲੋਸਿਟੀ ਓਮੇਗਾ ਦੇ ਨਾਲ ਰੋਟੇਟ ਕਰ ਰਹੀ ਹੈ, ਇਹਦੇ ਫਸਟ ਪਾਰਟੀਕਲ ਦੀ ਐਂਗੂਲਰ ਵੈਲੋਸਿਟੀ ਕਿੰਨੀ ਹੋਏਗੀ? ਤਾਂ ਮੈਂ ਕੀ ਕਿਹਾ ਸੀ? ਓਮੇਗਾ। ਸੈਕੰਡ ਦੀ, ਥਰਡ ਦੀ? ਪਰ ਉਹ ਕਹਿੰਦਾ ਨਹੀਂ ਨਹੀਂ, ਲੀਨੀਅਰ ਵੈਲੋਸਿਟੀ ਬਾਰੇ ਦੱਸੋ। ਵੀ ਜਿਹੜੀ ਇਹ ਰਿਜਿਡ ਬੋਡੀ ਹੈ ਨਾ, ਇਹਦੇ ਫਸਟ ਪਾਰਟੀਕਲ ਦੀ ਰਿਜਿਡ ਬੋਡੀ ਦੱਸੋ, ਫਿਰ ਸੈਕੰਡ ਦੀ ਦੱਸੋ, ਫਿਰ ਥਰਡ ਦੀ ਦੱਸੋ, ਫਿਰ ਇੱਦਾਂ ਹੀ ਕਰਦੇ ਕਰਦੇ ਸਾਰਿਆਂ ਦੀ ਦੱਸ ਦਿਓ, ਹੈਨਾ? ਤੇ ਨਾਲ ਹੀ ਮੈਨੂੰ ਗੱਲ ਪਤਾ ਕਿਹੜੀ ਯਾਦ ਆਣੀ ਚਾਹੀਦੀ? ਕਾਈਨੇਮੈਟਿਕਸ ਦਾ ਯੂਨਿਟ, ਜਿਹੜਾ ਯੂਨਿਟ ਨੰਬਰ 2 ਦਾ ਸਰਕੂਲਰ ਮੋਸ਼ਨ ਦਾ ਪਾਰਟ ਹੈ, ਸਰਕੂਲਰ ਮੋਸ਼ਨ ਵਾਲਾ ਪਾਰਟ, ਉਹਦੇ ਵਿੱਚ ਆਪਾਂ ਐਂਗੂਲਰ ਡਿਸਪਲੇਸਮੈਂਟ, ਐਂਗੂਲਰ ਵੈਲੋਸਿਟੀ, ਐਂਗੂਲਰ ਐਕਸਲਰੇਸ਼ਨ ਪੜ੍ਹੇ ਸੀ। ਫਿਰ ਆਪਾਂ ਰਿਲੇਸ਼ਨ ਵਿਦ ਲੀਨੀਅਰ ਵੈਲੋਸਿਟੀ ਓਮੇਗਾ ਦਾ ਕੀ ਸੀ ਲਿਖਿਆ? v ਇਜ਼ ਇਕੁਅਲ ਟੂ ਓਮੇਗਾ। ਯਾਦ ਹੈ ਵੀ ਅਗਰ ਕੋਈ ਬੋਡੀ, ਬੋਡੀ ਉੱਥੇ ਨਹੀਂ ਸੀ ਸ਼ਬਦ ਬੋਲ ਦਿੱਤਾ ਸੀ, ਪਰ ਐਪਲੀਕੇਬਲ ਸਰਕੂਲਰ ਮੋਸ਼ਨ ਪੁਆਇੰਟ ਲਈ ਹੈ ਕਿ ਅਗਰ ਕੋਈ ਪਾਰਟੀਕਲ ਸਰਕੂਲਰ ਪਾਥ ਚ ਮੂਵ ਕਰੇ, ਸਰਕੂਲਰ ਪਾਥ ਦਾ ਰੇਡੀਅਸ ਅਗਰ r ਹੈ ਤਾਂ ਉਸ ਸਰਕੂਲਰ ਪਾਥ ਦੇ ਅੰਦਰ ਚੱਲਦੇ ਹੋਏ ਪਾਰਟੀਕਲ ਦੀ ਲੀਨੀਅਰ ਵੈਲੋਸਿਟੀ ਦਾ ਮੈਗਨੀਟਿਊਡ v ਓਮੇਗਾ r ਦੇ ਬਰਾਬਰ ਹੁੰਦਾ। ਇਹਦਾ ਮਤਲਬ ਫਸਟ ਪਾਰਟੀਕਲ ਦੀ ਲੀਨੀਅਰ ਵੈਲੋਸਿਟੀ ਕੀ ਹੋ?
ओमेगा दूजे दी तीजे दी ਹੁਣ ਇੱਥੇ ਜਿਹੜੇ ਸਾਡੇ ਸਾਹਮਣੇ ਓਮੇਗਾ 1, 2, 3, 4 ਪਾਰਟੀਕਲਸ ਜਿੰਨੇ ਵੀ ਨਜ਼ਰ ਆ ਰਹੇ ਹੈ ਕਿਉਂਕਿ ਉਹਨਾਂ ਦੇ ਸਰਕੂਲਰ ਪਾਥ ਦਾ ਰੇਡੀਅਸ ਅਲੱਗ ਅਲੱਗ ਹੈ R1, R2, R3 ਹੈ ਇਸ ਕਰਕੇ ਚਾਹੇ ਉਹਨਾਂ ਦੀ ਐਂਗੂਲਰ ਵੈਲੋਸਿਟੀ ਓਮੇਗਾ ਹੈ ਬਟ ਲੀਨੀਅਰ ਵੈਲੋਸਿਟੀ ਸਭ ਦੀ ਡਿਫਰੈਂਟ ਹੈ ਔਰ ਇੱਕ ਗੱਲ ਨੂੰ ਸੁਣੋ ਹੁਣ ਰਿਜਿਡ ਬਾਡੀ ਜਿਹੜੀ ਰੋਟੇਟ ਕਰ ਰਹੀ ਹੈ ਉਹਦਾ ਜਿਹੜਾ ਪਾਰਟੀਕਲ ਐਕਸਿਸ ਆਫ ਰੋਟੇਸ਼ਨ ਦੇ ਨੇੜੇ ਹੈ ਇਹਨਾਂ ਤਿੰਨਾਂ ਵਿੱਚੋਂ ਕੌਣ ਨੇੜੇ ਹੈ ਡਾਇਗ੍ਰਾਮ 'ਚ R1, R2 ਕਿ R3 ਹੀ ਹੈ ਨੇੜੇ ਇਹਦਾ ਮਤਲਬ ਇਹਦੀ ਲੀਨੀਅਰ ਵੈਲੋਸਿਟੀ ਸਭ ਤੋਂ ਘੱਟ ਹੈ ਤੋ ਅਸਿਊਮ ਕਰਕੇ ਦੇਖੋ ਕਿ ਅਗਰ ਇਹ ਪਾਰਟੀਕਲ ਐਕਸਿਸ ਆਫ ਰੋਟੇਸ਼ਨ ਦੇ ਹੋਰ ਨੇੜੇ ਹੁੰਦਾ ਜਾਏ ਤਾਂ ਇਹਦੀ ਲੀਨੀਅਰ ਵੈਲੋਸਿਟੀ ਘਟਦੀ ਜਾਣੀ ਸੀ ਪਰ ਓਮੇਗਾ ਉਹ ਸੇਮ ਰਹਿਣੀ ਹੈ ਤੇ ਜੇ ਮੰਨ ਲਓ ਇਹ ਪਾਰਟੀਕਲ ਐਕਸਿਸ ਆਫ ਰੋਟੇਸ਼ਨ ਤੇ ਹੁੰਦਾ ਫੇਰ ਇਹਦੀ ਵੈਲੋਸਿਟੀ 0 ਹੋਣੀ ਕਿਹਦਾ ਮਤਲਬ ਆਪਾਂ ਕੀ ਸਿੱਖਿਆ ਫਿਰ ਨੋਟ ਕਰਕੇ ਲਿਖ ਲਓ ਕਿ ਡਿਊਰਿੰਗ rotational motion of rigid body all the particles lying on the axis of rotation will be rotating rotate ta karan gayi with angular velocity omega but their linear velocities will be zero kyunki axis of rotation de upar aana wo particles but their linear velocities will be zero ਅੱਛਾ ਹੁਣ ਲੱਗਦੇ ਹੱਥ ਪੁੱਤ ਡਾਇਗ੍ਰਾਮ ਤਾਂ ਬਣੀ ਹੈ ਹਾਂ ਤੁਸੀਂ ਚਾਹੇ ਦੁਬਾਰਾ ਬਣਾ ਲਿਓ ਹੈਡਿੰਗ ਲਿਖਿਓ ਐਕਸਪ੍ਰੈਸ਼ਨ ਫੋਰ ਕਾਇਨੈਟਿਕ ਐਨਰਜੀ ਆਫ a rigid body in rotational motion to aa dekhe ho tu kinetic energy kyon hundi hai soch ke dekho motion karke
ਹੁਣ ਰਿਜਿਡ ਬਾਡੀ ਮੋਸ਼ਨ ਚ ਹੈ, ਰਿਜਿਡ ਬਾਡੀ ਬਣੀ ਕਾਹਦੀ ਹੋਈ ਹੈ, ਪਾਰਟੀਕਲਸ ਦੀ। ਤੋ ਰਿਜਿਡ ਬਾਡੀ ਦੀ ਕਾਇਨੈਟਿਕ ਐਨਰਜੀ ਕਿਉਂ ਹੈ, ਕਿਉਂਕਿ ਉਹਦੇ ਹਰ ਪਾਰਟੀਕਲ ਮੋਸ਼ਨ ਚ। ਹੁਣ ਇੱਥੇ ਕੁੱਲ ਕਿੰਨੇ ਪਾਰਟੀਕਲਸ ਹੈ ਰਿਜਿਡ ਬਾਡੀ ਦੇ, ਐਨ, ਐਨ ਹੀ ਹੈ। ਜਿਹੜਾ ਪਹਿਲਾ ਪਾਰਟੀਕਲ ਹੈ ਉਹ ਆਪਾਂ ਕਹਿ ਦਿੰਦੇ ਹਾਂ ਕਿ ਐਮ ਵਨ ਕੀ ਹੈ ਇਸਦਾ ਮਾਸ, ਮਾਸ ਕਿਹਦਾ, ਫਸਟ ਦਾ, ਸੈਕਿੰਡ ਦਾ। ਹੁਣ ਜਿਹੜਾ ਪਹਿਲਾ ਪਾਰਟੀਕਲ ਹੈ ਇਹਦਾ ਮਾਸ ਐਮ ਵਨ ਹੈ, ਇਹਦੀ ਕੋਈ ਸਪੀਡ ਵੀ ਹੈ ਪਹਿਲੇ ਪਾਰਟੀਕਲ ਕਿੰਨੀ ਹੈ, ਵੀ ਵਨ। ਪਹਿਲੇ ਪਾਰਟੀਕਲ ਦੀ ਕੋਈ ਕਾਇਨੈਟਿਕ ਐਨਰਜੀ ਵੀ ਹੋ ਕਿੰਨੀ, ਹਾਫ ਦੂਜੇ ਦੀ, ਤੀਜੇ ਦੀ, ਚੌਥੇ ਦੀ, ਲਾਸਟ ਵਾਲੇ ਦੀ। ਲਿਖਤਾ ਤੋ ਸਾਰੇ ਪਾਰਟੀਕਲਸ ਦੀ ਕਾਇਨੈਟਿਕ ਐਨਰਜੀਜ਼ ਨੇ ਮਿਲ ਕੇ ਕੀ ਕੀਤਾ, ਟੋਟਲ ਕਾਇਨੈਟਿਕ ਐਨਰਜੀ ਬਣਾ ਲਈ, ਹੈ ਨਾ। ਅੱਛਾ ਹੁਣ ਇੱਧਰ ਆਓ, ਹਾਫ ਐਮ ਵਨ ਠੀਕ ਹੈ। ਪਰ ਆਪਾਂ ਜਿਹੜੀ ਹੁਣ ਗੱਲ ਸਿੱਖੀ ਸੀ ਕਿ ਜਦੋਂ ਵੀ ਕੋਈ ਰਿਜਿਡ ਬਾਡੀ ਰੋਟੇਟ ਕਰੇਗੀ ਅਬਾਊਟ ਗਿਵਨ ਐਕਸਿਸ ਆਫ ਰੋਟੇਸ਼ਨ, ਤਾਂ ਉਹਦੇ ਹਰ ਪਾਰਟੀਕਲ ਦੀ ਐਂਗੂਲਰ ਵੈਲੋਸਿਟੀ ਤਾਂ, ਪਰ ਲੀਨੀਅਰ ਵੈਲੋਸਿਟੀ ਕਾਹਦੇ ਤੇ ਡਿਪੈਂਡ ਕਰਦੀ, ਲੀਨੀਅਰ ਵੈਲੋਸਿਟੀ ਓਮੇਗਾ ਆਰ 1 ਤੇ, ਹੈ ਨਾ, ਆਰ ਤੇ। ਤੋ ਪਹਿਲੇ ਪਾਰਟੀਕਲ ਲਈ ਵੀ 1 ਦੀ ਜਗ੍ਹਾ ਕੀ ਲਿਖ ਦਾਂਗੇ, ਦੂਜੇ ਲਈ ਚੱਲਦੇ ਜਾਈਏ, ਹੁਣ ਧਿਆਨ ਦੇ ਪੁੱਤ ਇਹਨਾਂ ਸਾਰਿਆਂ ਦੇ ਵਿੱਚ ਹਾਫ ਕਾਮਨ ਹੈ, ਕਾਮਨ ਹੈ, ਇਹਨਾਂ ਸਾਰਿਆਂ ਦੇ ਵਿੱਚ ਓਮੇਗਾ ਸਕੁਅਰ ਕਾਮਨ ਹੈ, ਕਾਮਨ ਹੈ। ਤੋ ਪਹਿਲੇ ਟਰਮ ਕੀ ਬਚੀ, ਐਮ ਵਨ, ਦੂਜੀ ਐਮ ਟੂ, ਲਾਸਟ ਤੇ ਇਹਨੂੰ ਕੀ ਕਹਿੰਦੇ ਪੁੱਤ ਆਪਾਂ, ਮੂਮੈਂਟ ਆਫ ਇਨਰਸ਼ੀਆ, ਹੈ ਨਾ। ਤੋ ਇਹ ਮੂਮੈਂਟ ਆਫ ਇਨਰਸ਼ੀਆ ਹੈ, ਜਦੋਂ ਵੀ ਕੋਈ ਬਾਡੀ ਰੋਟੇਟ ਕਰੇਗੀ ਰੋਟੇਟਿੰਗ ਬਾਡੀ ਦੀ ਕਾਇਨੈਟਿਕ ਐਨਰਜੀ ਕੱਢਣ ਦਾ ਫਾਰਮੂਲਾ ਕੀ ਆ ਗਿਆ ਸਾਡੇ ਕੋਲ, ਹਾਫ ਆਈ ਓਮੇਗਾ ਸਕੁਅਰ। ਤੇ ਟ੍ਰਾਂਸਲੇਸ਼ਨਲ ਮੋਸ਼ਨ ਚ ਹੁੰਦਾ ਹਾਫ ਐਮ ਵੀ ਸਕੁਅਰ, ਹੈ ਨਾ। ਅੱਛਾ ਹੁਣ ਇਹਦੇ ਚ ਨਾ ਇੱਕ ਗੱਲ ਦਾ ਖਿਆਲ ਰੱਖਣਾ ਪੁੱਤ, ਕੱਲ ਨੂੰ ਕੀ ਟਾਈਮਿੰਗਸ ਹੈ ਟਿਊਸ਼ਨਸ ਦੀ, ਉਹੀ ਹੈ, ਸੇਮ ਹੀ ਹੈ ਨਾ। ਸਾਡੇ 10 ਆਪਣੀ ਕਲਾਸ ਆਪਾਂ 10:40 ਤੇ ਰੱਖਦੇ ਹਾਂ। ਤੋ ਹੁਣ ਦੇਖੋ, ਹੁਣ ਇਹਨੂੰ ਥੋੜ੍ਹਾ ਜਿਹਾ ਪਿੱਛੇ ਨੂੰ ਲੈ ਜਾਣਾ, ਐਂਗੂਲਰ ਵੈਲੋਸਿਟੀ ਨੂੰ ਆਪਾਂ ਡਿਫਾਈਨ ਨਹੀਂ ਕਰਦੇ,
जी सिंपली कहिए तो ओमेगा इज इक्वल टू थीटा बाय टी एंगुलर डिस्प्लेसमेंट ओवर टाइम टेकन। इसका मतलब होता है कि सीखना जब ना पुत्र कोई भी एंगुलर रिजिड बॉडी रोटेट करती है तो जेकर रिजिड बॉडी दी एंगुलर डिस्प्लेसमेंट थीटा वा तो रिजिड बॉडी दे हर पार्टिकल दी भी एंगुलर डिस्प्लेसमेंट थीटा ही होएगी। ਜਦੋਂ ਰਿਜਿਡ ਬਾਡੀ ਰੋਟੇਟ ਕਰਦੀ ਹੈ ਜੇਕਰ ਰਿਜਿਡ ਬਾਡੀ ਦੀ ਐਂਗੂਲਰ ਵੈਲੋਸਿਟੀ ਓਮੇਗਾ ਵਾ ਤਾਂ ਉਹਦੇ ਹਰ ਪਾਰਟੀਕਲ ਦੀ ਵੀ ਐਂਗੂਲਰ ਵੈਲੋਸਿਟੀ ਓਮੇਗਾ ਹੋਏਗੀ ਤੇ ਓਮੇਗਾ ਤੋਂ ਅੱਗੇ ਕੌਣ ਹੁੰਦਾ ਅਲਫਾ ਐਂਗੂਲਰ। ਤੇ ਜੇ ਮੰਨ ਲਓ ਮੈਨੂੰ ਕੋਈ ਕਹੇ ਰਿਜਿਡ ਬਾਡੀ ਰੋਟੇਟ ਕਰ ਰਹੀ ਕਾਹਦੇ ਨਾਲ एंगुलर एक्सेलरेशन अल्फा नाल तो फिर रिजिड बॉडी दे हर पार्टिकल दी एंगुलर एक्सेलरेशन भी अल्फा होनी है। ये नोट कर लो अगला स्टेप हां कर लिए सी डायग्राम आ एक्सप्रेशन हां ये आ सकती है पेपर च यूज भी करेंगे ना टाइम लेक्चर देख लियो थोड़ा जा ना 10 मिनट तक। तो अगर रिजिड बॉडी रोटेट कर रही है पर हुन रिजिड बॉडी की एंगुलर एक्सेलरेशन अगर अल्फा है तो उस रिजिड बॉडी ने हर पार्टिकल दी भी एंगुलर एक्सेलरेशन अल्फा ही होएगी। पर एक गल भुलनी नहीं है कि जदों भी रिजिड बॉडी रोटेट करेगी तो उदे हर पार्टिकल ने केड़ा पाथ फॉलो करना सर्कुलर और हर पार्टिकल दे सर्कुलर पाथ दा सेंटर किथे होना एक्सिस ऑफ दे हर पार्टिकल दे सर्कुलर पाथ दा रेडियस किन्ना होना जिन्ना उस पार्टिकल दा एक्सिस ऑफ रोटेशन तो परपेंडिकुलर डिस्टेंस ਗੱਲ ਨੂੰ ਭੁੱਲਣਾ ਨਹੀਂ। ਅੱਛਾ ਜਦੋਂ ਨਹੀਂ ਭੁੱਲੇ ਤਾਂ ਦੇਖੋ ਕੰਮ ਕਰਨਾ ਬੜਾ ਆਸਾਨ ਹੈ ਸਾਡੇ ਲਈ। ਆ ਜਾਓ ਇੱਧਰ। ਹੁਣ ਅਗਰ ਕੋਈ ਪਾਰਟੀਕਲ ਸਰਕਲ ਚ ਘੁੰਮੇ ਤੇ ਉਹਦੀ ਐਂਗੂਲਰ ਐਕਸਲਰੇਸ਼ਨ ਹੋਏ ਅਲਫਾ ਸਰਕਲ ਦਾ ਰੇਡੀਅਸ ਹੋਏ ਆਰ ਤਾਂ ਲੀਨੀਅਰ ਐਕਸਲਰੇਸ਼ਨ ਕਿੰਨੀ ਹੁੰਦੀ ਆਰ ਅਲਫਾ ਹੀ ਹੁੰਦੀ ਏ ਇਜ਼ ਇਕੁਅਲ ਟੂ। ਪਰ ਹੁਣ ਯਾਦ ਕਰੋ ਪੁੱਤ ਉੱਥੇ ਨਾ ਦੋ ਤਰ੍ਹਾਂ ਦੀ ਐਕਸਲਰੇਸ਼ਨ ਹੈ ਇੱਕ ਰੇਡੀਅਲ ਐਕਸਲਰੇਸ਼ਨ ਸੈਂਟ੍ਰੀਪੀਟਲ ਐਕਸਲਰੇਸ਼ਨ ਦੂਜੀ ਸੀ ਟੈਂਜੈਂਸ਼ੀਅਲ। ਜਿਹੜੀ ਲੀਨੀਅਰ ਐਕਸਲਰੇਸ਼ਨ ਹੈ ਉਹ ਬੇਸਿਕਲੀ ਟੈਂਜੈਂਸ਼ੀਅਲ ਐਕਸਲਰੇਸ਼ਨ ਹਨਾ। ਟੈਂਜੈਂਸ਼ੀਅਲ ਦਾ ਮਤਲਬ ਉਸ ਐਕਸਲਰੇਸ਼ਨ ਦੀ ਡਾਇਰੈਕਸ਼ਨ ਕਿੱਧਰ ਨੂੰ ਹੈ ਸਰਕੂਲਰ ਪਾਥ ਦੇ ਅਲੋਂਗ ਦਾ ਟੈਂਜੈਂਟ ਸਮਝ ਗਏ। ਔਰ ਜਿਹੜੀ ਟੈਂਜੈਂਟ ਡਾਇਰੈਕਸ਼ਨ ਹੈ ਉਹਨੂੰ ਟ੍ਰਾਂਸਵਰਸ ਡਾਇਰੈਕਸ਼ਨ ਵੀ ਕਹਿ ਦਿੰਦੇ ਹਾਂ ਕਿਉਂਕਿ ਉਹ ਰੇਡੀਅਲ ਡਾਇਰੈਕਸ਼ਨ ਦੇ ਪਰਪੈਂਡੀਕੂਲਰ ਹੁੰਦੀ। ਟ੍ਰਾਂਸਵਰਸ ਮੀਨਸ ਪਰਪੈਂਡੀਕੂਲਰ। ਤੋ ਹੁਣ ਇੱਥੇ ਆਓ ਮੁੜ ਕੇ ਪਹਿਲਾ ਪਾਰਟੀਕਲ ਕਿਹੜਾ ਪਾਥ ਫਾਲੋ ਕਰ ਰਿਹਾ ਸਰਕੂਲਰ ਪਾਥ। ਉਹਦੇ ਸਰਕੂਲਰ ਪਾਥ ਦਾ ਰੇਡੀਅਸ ਕੀ ਹੈ ਔਰ ਪਹਿਲੇ ਪਾਰਟੀਕਲ ਦੀ ਐਂਗੂਲਰ ਐਕਸਲਰੇਸ਼ਨ ਕਿੰਨੀ ਹੈ ਇਹਦਾ ਮਤਲਬ ਪਹਿਲੇ ਪਾਰਟੀਕਲ ਦੀ ਲੀਨੀਅਰ ਐਕਸਲਰੇਸ਼ਨ ਕਿੰਨੀ ਹੋ ਗਈ ਅਲਫਾ ਆਰ 1। ਲੀਨੀਅਰ ਐਕਸਲਰੇਸ਼ਨ ਮੀਨਸ
टेंजेंशियल है दिमाग से रखना है ना। अच्छा हो गई, हुण इस तो अगला स्टेप, जेड़ा पहला पार्टिकल है अगर ओदी लीनियर एक्सेलरेशन है a1 ते एक्सेलरेशन नू मास नाल मल्टीप्लाई करन ते की आंदी हुंदी फोर्स, ते जे एक्सेलरेशन टेंजेंशियल है तो फोर्स भी टेंजेंशियल आएगी ma, तो जे a सेंटर ऑफ मास दी एक्सेलरेशन है तो फोर्स टोटल फोर्स हो जाती है, बट जे a सेंट्रीपिटल एक्सेलरेशन है तो फोर्स सेंट्रीपिटल हो जाती है, तो जे a टेंजेंशियल एक्सेलरेशन है तो फोर्स टेंजेंशियल हो जाएगी। ध्यान रखियो इहदा मतलब a1 किहदी एक्सेलरेशन है, फर्स्ट पार्टिकल दी टेंजेंशियल है, इहदा मतलब फर्स्ट पार्टिकल ते लगन वाली टेंजेंशियल फोर्स किन्नी हो जाएगी m1, तुसी इत्थे लिख लेना टेंजेंशियल फोर्स m1 अल्फा r, लिख लिया। कल ना टॉर्क का टॉपिक पढ़िया सी, आप पढ़िया सी जिहड़ी टॉर्क का टॉपिक सी उहदे विच टॉर्क दीयां डिफरेंट फॉर्म्स दे विचों ही लिखिया सी कि आपकी आपा फोर्स दे ना दो कंपोनेंट्स बनाए सी, रेडियल ते टेंजेंशियल ट्रांसवर्स दे नूं। टॉर्क दे लई केड़ी फोर्स जिम्मेवार हुंदी? टेंजेंशियल फोर्स। और ਉਹਦੇ ਚ ਦੇਖੋ ਦਾ ਕੱਲ ਜੇ ਆਰਟੀਕਲ ਕੀਤਾ ਟੌਰਕ ਦਾ ਟੈਂਜੈਂਸ਼ੀਅਲ ਫੋਰਸ ਨਾਲ ਕੀ ਰਿਲੇਸ਼ਨ ਸੀ? ਆਰ ਐਫ ਥੀਟਾ ਐਫ ਥੀਟਾ ਕੀ ਹੈ? ਕਿਹੜੀ ਫੋਰਸ? ਟੈਂਜੈਂਸ਼ੀਅਲ। ਇੱਥੇ ਐਫ 1 ਕੀ ਹੈ? ਟੈਂਜੈਂਸ਼ੀਅਲ ਫੋਰਸ ਹੈ, ਪਹਿਲੇ ਪਾਰਟੀਕਲ ਤੇ ਲੱਗ ਰਹੀ। ਤੋ ਇਹ ਫੋਰਸ ਕੀ ਪੈਦਾ ਕਰੇਗੀ? टॉर्क के दे बराबर आर, तो आर वन एफ वन इज इक्वल टू एम वन अल्फा आर वन स्क्वायर। तो ये बॉडी दे ऊपर, क्योंकि पहला पार्टिकल बॉडी का पार्ट ही है ना, तो पार्टिकल ते लगन वाली टॉर्क मतलब बॉडी ते लगन वाली टॉर्क है ना। सिमिलरली सेकंड पार्टिकल ते टॉर्क किदा लिख सकते पुत्र? एम टू अल्फा टाउ थ्री टाउ एन तो टोटल टॉर्क की करेंगे सारिया टॉर्क नू जो तो सारे नू ऐड करूंगे पुत इधे विच अल्फा की है कॉमन है तो m1 r1 स्क्वायर प्लस m2 r2 स्क्वायर प्लस mn rn स्क्वायर
पर 8 अरम की उन्हें मोमेंट ऑफ इनर्शिया। तो टॉर्क इज इक्वल टू आई अल्फा, कल दसिया सी फार्मूला वो डिराइव भी हो गया। तो इस दा हेडिंग की लिखांगे, तो इदा हेडिंग लिख लांगे टॉर्क इज इक्वल टू आई अल्फा। देखो तो ये दोनों एक्सप्रेशंस डिराइव करने आ सकते हैं। रिजिड बॉडी है जिहड़ी रोटेट कर रही है अबाउट गिवन एक्सिस ऑफ रोटेशन, तो प्रूव करो कि रोटेशनल काइनेटिक एनर्जी हाफ आई ओमेगा स्क्वायर है या टॉर्क आई अल्फा दे बराबर। पर इधर जिहड़ी गल समझाई सी पुत्र कि जिस एक्सिस दे अबाउट टॉर्क लेनी है आई भी बॉडी ना उसी एक्सिस दे अबाउट मोमेंट ऑफ इनर्शिया, तो जिस एक्सिस दे अबाउट रोटेशनल मोशन लेनी है काइनेटिक एनर्जी लेनी ड्यू टू रोटेशनल मोशन उसे एक्सिस दे अबाउट मोमेंट ऑफ इनर्शिया। ठीक है, ये दो गल्लां याद रख लेनी ते कल नु आपां करांगे न्यूमेरिकल भी असाइनमेंट्स नाल रखियो। कितने रहंदे इहदे न्यूमेरिकल? छोटे छोटे कंसेप्चुअल ही है, फटाफट हो जाने। इना जो मेन था दो, एक दो ही है, बाकी का कंसेप्चुअल प्रॉब्लम भी है, काफी दस भी दी है तो फटो दोबारा रिवाइज कर लेंगे कल नाल एंगुलर मोमेंटम करेंगे। हाँ वो असि ओवर सिंपलीफाई करके इस लेवल ਕਰਾਉਂਗਾ।